ਆਓ ਜ਼ਿਕਰ ਸ਼ਬੀਰ ਕਰਾਏ ਤੇ ਕਮੀ ਰਹਿੰਦੇ ਨੇ, 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 ਜ਼ਿਕਰ ਸ਼ਬੀਰ ਸ਼ਬੀਰ ਕਰਾਏ ਤੇ ਕਮੀ ਰਹਿੰਦੀ ਨਹੀਂ, ਹੋਰ ਕਿਹੜਾ ਕਿਹੜਾ ਕੰਮ ਕਰੀਏ ਤੇ ਕਮੀ ਨਹੀਂ ਰਹਿੰਦੀ, ਸ਼ਬੀਰ ਕਰਾਏ ਤੇ ਕਮੀ ਰਹਿੰਦੇ ਨਹੀਂ, ਸ਼ਬੀਰ ਕਰਾਏ ਤੇ ਕਮੀ ਰਹਿੰਦੇ ਨੇ, ਅਲਮ ਗਾਜ਼ੀ ਦਾ ਉਠਾਏ ਤੇ ਕਮੀ ਰਹਿੰਦੇ ਨੇ, ਤੁਹਾਡੀ ਜ਼ਿੰਦਗੀ ਦਰਾਜ਼ ਹੋਵੇ, ਅਸੀਂ ਕਮੀਆਂ ਨੂੰ ਮੰਨਿਆ ਕੋਈ ਨਹੀਂ, ਤੁਹਾਡੀ ਜ਼ਿੰਦਗੀ ਦਰਾਜ਼ ਹੋਵੇ, ਬਹੁਤ ਮਿਹਰਬਾਨੀ ਬਾਈ ਜਾਨ, ਜ਼ਿਕਰੇ ਸ਼ਬੀਰ ਕਰਾਈਏ ਤੇ ਕਮੀ ਰਹਿੰਦੀ ਨਹੀਂ, ਅਲਮ ਗਾਜ਼ੀ ਦਾ ਉਠਾਈਏ ਤੇ ਬਾਈ ਜਾਨ, ਤਵੱਜੋ ਹੈ ਸਾਰਿਆਂ ਦੀ, ਸਾਰਿਆਂ ਦੀ ਤਵੱਜੋ ਹੈ, ਇਹ ਤੁਹਾਨੂੰ ਪਾਕ ਬੀਬੀ ਦੀ ਚਾਦਰ ਦਾ ਵਾਸਤਾ ਮੈਂ ਗੱਲ ਕਰਨ ਲੱਗਾ, ਮਹਿਸੂਸ ਨਾ ਕਰਿਆ ਜੇ, ਇਹ ਮੈਂ ਪਹਿਲੇ ਤੁਹਾਨੂੰ ਵਾਸਤਾ ਦੇ ਦਿੱਤਾ, ਇਹ ਜਿਹੜੇ ਬੰਦੇ ਇੰਜ ਕਰਕੇ ਬੈਠੋ ਨਾ ਹੱਥ ਖੋਲ ਦੇ, ਮੈਂ ਤੁਹਾਨੂੰ ਐਡਾ ਵੱਡਾ ਵਾਸਤਾ ਦਿੱਤਾ, ਗੱਲ ਮਹਿਸੂਸ ਨਹੀਂ ਕਰਦੀ, ਠੀਕ ਹੈ, ਪਤਾ ਕੀ ਗੱਲ, ਯਾਦ ਰੱਖਾ, ਦੁਸ਼ਮਣੇ ਹੈਦਰ ਕੋ ਖਾਲਿਕ ਨੇ ਸਜ਼ਾ ਦੀ ਹੈ ਜਨਾਬ, ਜਬ ਬਤਾਊਂਗਾ ਤਬਸਮ ਕੀ ਛੜੀ ਲੱਗ ਜਾਏਗੀ, ਉਹ ਦਿਲ ਮੇ ਰੱਖ ਕੇ ਦੁਖ ਹੈਦਰ ਲਾਖ ਤੂੰ ਪੜ੍ਹ ਲੇ ਨਮਾਜ਼, ਤੁਝਕੋ ਨੀਯਤ ਬਾਂਧ ਤੇ ਹੀ ਹੱਥ ਕੜੀ ਲੱਗ ਜਾਏਗੀ, ਤੁਹਾਡੀ ਜ਼ਿੰਦਗੀ ਦਰਾਜ਼ ਹੋਏ, ਜ਼ਿਕਰ ਸ਼ਬੀਰ ਕਰਾਈਏ ਤੇ ਕਮੀ ਰਹਿੰਦੀ ਨਹੀਂ, ਅਲਮ ਗਾਜ਼ੀ ਦਾ ਉਠਾਈਏ ਤੇ ਕਮੀ ਰਹਿੰਦੀ ਨਹੀਂ, ਹਰ ਬੰਦੇ ਦੇ ਕੋਲ ਮੋਬਾਈਲ ਹੈ, ਇਵੇਂ ਗੱਲ ਹੈ ਜੀ, ਜਿਹੜੀਆਂ ਸਤਰਾਂ ਮੈਂ ਪੜ੍ਹਨ ਲੱਗਾ, ਸਾਰਾ ਪੰਡਾਲ ਉੱਠ ਕੇ ਖਲੋ ਕੇ ਸਾਰੀ ਰਾਤ ਦਾ ਦਿੰਦਾ ਰਵੇ, ਇਹਨਾਂ ਦੀ ਦਾਦ ਦਾ ਵਜ਼ਨ ਘੱਟੋ ਸੀ, ਨੌਕਰ ਦੀ ਪੜ੍ਹੀ ਲਿਖੀ ਸਤਰਾਂ ਦਾ ਵਜ਼ਨ ਜ਼ਿਆਦਾ ਹੋ ਸੀ, ਹਰ ਬੰਦੇ ਦੇ ਕੋਲ ਬਾਈ ਜਾਨ ਮੋਬਾਈਲ ਹੈ, ਬਾਈ ਜਾਨ ਕਿਬਲਾ ਦੇਖਿਆ ਜੀ, ਹਰ ਬੰਦੇ ਦੇ ਕੋਲ ਮੋਬਾਈਲ ਹੈ, ਪਿਛਲੇ ਦਿਨਾਂ ਦੇ ਵਿੱਚ ਇੱਕ ਵੀਡੀਓ ਵਾਇਰਲ ਹੋਈ, ਸਾਡੇ ਸੁੰਨੀ ਵੀਰਾਂ ਵਾਂ ਰਸੂਲ ਪਾਕ ਦੇ ਘੋੜੇ ਦੀ ਛਬੀ ਬਣਾ ਕੇ ਬਰਾਮਦ ਕੀਤੀ, ਜਿਸ ਬੰਦੇ ਵੀਡੀਓ ਵੇਖੀਏ ਉਹ ਤਾਂ ਮੇਰੀ ਗੱਲ ਦੀ ਤਾਈਦ ਕਰੋ, ਵੇਖੀਏ ਜੀ, ਉਹ ਮੈਂ ਆਪਣੇ ਘਰ 'ਚ ਬਾਹਰ ਆਇਆ ਨਾ ਤੇ ਮੇਰੇ ਸੁੰਨੀ ਭਰਾ ਦੋਸਤ ਮੌਜੂਦ ਨੇ, ਮੈਂ ਕਿਹਾ ਬਾਈ ਜਾਨ ਇਹ ਕਿਆ, ਵਾਦਨ ਝੰਡਵੀ ਮਦਨੀ ਘੋੜਾ, ਮੈਂ ਕਿਹਾ ਅੱਛਾ ਬਾਈ ਜਾਨ ਅਗਰ ਮਦਨੀ ਘੋੜਾ ਹੈ ਫਿਰ ਮੈਂ ਹੁਸੈਨ ਦਾ ਜ਼ਾਕਿਰ ਹੋਣ ਦੀ ਹਸੀਅਤ ਦੇ ਨਾਲ ਪਾਕਿਸਤਾਨ 'ਚ ਨਹੀਂ ਸਹਿਲ ਬਈ ਤਵੱਜੋ, ਸਿਰਫ ਪਾਕਿਸਤਾਨ 'ਚ ਨਹੀਂ, ਮੈਂ ਹੁਸੈਨ ਦਾ ਜ਼ਾਕਿਰ ਹੋਣ ਦੀ ਹਸੀਅਤ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਵੀ ਕੋਈ ਸੁੰਨੀ ਭਰਾ ਮੌਜੂਦ ਹੈ, ਜਿੱਥੇ ਜਿੱਥੇ ਵੀ ਕੋਈ ਸ਼ੀਆ ਭਰਾ ਮੌਜੂਦ ਹੈ, ਮੈਂ ਮੈਸੇਜ ਜ਼ਰੂਰ ਪਹੁੰਚਾਉਣੇ, ਮੈਂ ਗੱਲ ਜ਼ਰੂਰ ਦਸਾਉਣੀ ਹੈ, ਸਾਡੇ ਸੁੰਨੀ ਭਰਾਵਾਂ ਰਸੂਲ ਪਾਕ ਦੇ ਘੋੜੇ ਦੀ ਛਬੀ ਬਣਾ ਕੇ ਕਿਉਂ ਬਰਾਮਦ ਕੀਤੀ ਹੈ, ਸੁਣਾ ਬਈ, ਪਾਕ ਸ਼ਬੀਰ ਦੇ ਘੋੜੇ ਤੋਂ ਰਹੀ ਲੜਾਈ, ਅਲੀ ਦੀ ਧੀ ਰੰਗ ਲਾਵੇ ਵੀ ਤੁਹਾਨੂੰ ਘੋੜਾ ਇਸ ਘਰ ਦਾ ਸਜਾਈਏ ਤੇ, ਉਹ ਪਿਛਲੇ ਵੀ ਬੋਲਿਆ ਜੇ ਮੈਂ ਮੁਤਮਨ ਹੋ ਜਾਵਾਂਗਾ, ਘੋੜਾ ਇਸ ਘਰ ਦਾ ਸਜਾਈਏ ਤੇ ਕਮੀ ਰਹਿੰਦੀ ਨਹੀਂ, ਨਹੀਂ ਤੁਸੀਂ ਬੋਲ ਰਹੇ ਹੋ ਪਰ ਇੱਥੇ ਤੱਕ ਆਵਾਜ਼ ਆ ਨਹੀਂ ਰਹੀ, ਤੁਹਾਡੀ ਖੈਰ ਹੋਵੇ ਬਾਈ ਜਾਨ, ਘੋੜਾ ਇਸ ਘਰ ਦਾ ਸਜਾਈਏ ਤੇ ਕਮੀ ਰਹਿੰਦੀ ਨਹੀਂ। ਅੱਛਾ ਕੁਝ ਸਤਰਾਂ ਕੁਝ ਸ਼ੇਰ ਐਸੇ ਹੁੰਦੇ ਨੇ
جیڑی اپنی نصر اپنی وضاحت بذات خود آپ ہو گئے ایویں گل ہے جی جی سترہ میں تلاوت کرنے لگا جڑے مصرے تلاوت کرنے لگا بھائی جان اس کی نصر وصر نہیں کرنی کیونکہ سترہ بذات خود اپنی تشریح آپ اپنی وضاحت آپ اپنی نصر آپ گھوڑا اس گھر کا سجائیے کمی رہی نہیں آپ سربا جنوی ممبر حسین کھلو کے بات کرتا حق رکھ دے کہ گل سنا بھائی اپنے سارے حلالی موالی اکٹھے ہو کے بیٹھے ہیں ایک مشورہ جھڑوی ممبر حسین تے کھلو کے دیوان لگے اگر مشورہ مان لیا بھاویں کوئی بڑھ رہے تے بھاویں کوئی جوان ہے بارہ امام چودہ معصومین راضی ہو سن آؤ سارے حلالی موالی رل کے ایک کام کریے کام کیڑا کرنا ہے جان کریے جان کریے ہاں جان کریے بیگ تو سارے تھلے بیگ پڑے دور بیگ دور بیگ